ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਈਆਂ ਗਈਆਂ ਨੇ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਇਹ ਦੋ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਬਜ਼ੁਰਗ ਜੋ ਕਿ ਇੱਕ ਗਲੀ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ, ਨਾਲ ਉਸਦੇ ਛੋਟੀਆਂ ਬੱਚੀਆਂ ਨੇ, ਤਾਂ ਇਹ ਲੁਟੇਰੇ ਉਸ ਬਜ਼ੁਰਗ ਦੀਆਂ ਕੰਨਾਂ 'ਚੋਂ ਵਾਲੀਆਂ ਪੱਟ ਕੇ ਲੈ ਜਾਂਦੇ ਨੇ, ਫਰਾਰ ਹੋ ਜਾਂਦੇ ਨੇ। ਬਜ਼ੁਰਗ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੇ ਆਪ ਨੂੰ, ਇੱਥੋਂ ਤੱਕ ਕਿ ਛੋਟੀ ਬੱਚੀ ਵੀ ਉਸਨੂੰ ਬਚਾਉਣ ਦੇ ਲਈ ਭੱਜੀ ਆਉਂਦੀ ਹੈ, ਪਰ ਲੁਟੇਰੇ ਉਸ ਤੋਂ ਪਹਿਲਾਂ ਹੀ ਵਾਲੀਆਂ ਲਾ ਕੇ ਖੋਹ ਕੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਸਾਰੀ ਵਾਰਦਾਤ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਬਜ਼ੁਰਗ ਔਰਤ ਤੀਜ ਦਾ ਤਿਉਹਾਰ ਮਨਾ ਕੇ ਇਹਨਾਂ ਬੱਚੀਆਂ ਦੇ ਨਾਲ ਘਰ ਵਾਪਸ ਪਰਤ ਰਹੀ ਸੀ, ਤਾਂ ਰਾਹ ਦੇ ਵਿੱਚ ਹੀ ਪਿੱਛੇ ਆਉਂਦੇ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਅੱਗੇ ਆ ਕੇ ਬਾਈਕ ਰੋਕ ਲਈ ਜਾਂਦੀ ਹੈ, ਤੇ ਫਿਰ ਇੱਕ ਲੁਟੇਰਾ ਹੇਠਾਂ ਉਤਰਦਾ ਹੈ, ਇਸ ਬਜ਼ੁਰਗ ਦੇ ਕੰਨਾਂ ਨੂੰ ਪੈਂਦਾ ਹੈ, ਕੰਨਾਂ ਦੀਆਂ ਵਾਲੀਆਂ ਪੁੱਟਦਾ ਹੈ। ਦੇਖੋ ਕਿਵੇਂ ਬੇਰਹਿਮੀ ਦੇ ਨਾਲ ਵਾਲੀਆਂ ਖਿੱਚ ਰਿਹਾ ਹੈ ਬਜ਼ੁਰਗ ਔਰਤ ਦੀਆਂ। ਬਜ਼ੁਰਗ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਲੁਟੇਰਾ ਵਾਲੀਆਂ ਖੋਹਦਾ ਹੈ, ਜਦੋਂ ਕਿ ਅੱਗੇ ਅੱਗੇ ਜਾ ਰਹੀਆਂ ਦੋ ਬੱਚੀਆਂ ਵੀ ਇਹ ਸਭ ਦੇਖ ਲੈਂਦੀਆਂ ਨੇ। ਇੱਕ ਬੱਚੀ ਭੱਜੀ ਆਉਂਦੀ ਹੈ, ਕੋਸ਼ਿਸ਼ ਕਰਦੀ ਹੈ ਬਚਾਉਣ ਦੀ ਉਸ ਬਜ਼ੁਰਗ ਮਹਿਲਾ ਨੂੰ, ਪਰ ਉਸ ਤੋਂ ਪਹਿਲਾਂ ਹੀ ਲੁਟੇਰੇ ਵਾਲੀਆਂ ਖੋਹ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬਜ਼ੁਰਗ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ, ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਦੀਆਂ ਨੇ, ਜਿੱਥੇ ਇੱਕ ਬਜ਼ੁਰਗ ਜੋ ਕਿ ਤੀਜ ਦਾ ਤਿਉਹਾਰ ਮਨਾ ਕੇ ਬੱਚੀਆਂ ਦੇ ਨਾਲ ਵਾਪਸ ਆ ਰਹੀ ਸੀ। ਦੋ ਬੱਚੀਆਂ ਜੋ ਗਲੀ ਦੇ ਵਿੱਚ ਅੱਗੇ ਅੱਗੇ ਚੱਲ ਰਹੀਆਂ ਨੇ, ਤੇ ਇੱਕ ਛੋਟੀ ਬੱਚੀ ਇਸ ਬਜ਼ੁਰਗ ਦਾ ਹੱਥ ਫੜ ਕੇ ਉਸਦੇ ਨਾਲ ਨਾਲ ਚੱਲ ਰਹੀ ਹੈ। ਪਿੱਛੇ ਹੀ ਬਾਈਕ ਤੇ ਸਵਾਰ ਹੋ ਕੇ ਇਹ ਦੋ ਲੁਟੇਰੇ ਆਉਂਦੇ ਨੇ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਨੇ, ਸਿਰ ਤੇ ਟੋਪੀਆਂ ਪਾਈਆਂ ਹੋਈਆਂ ਨੇ। ਅੱਗੇ ਆ ਕੇ ਬਾਈਕ ਰੋਕ ਦਿੰਦੇ ਨੇ। ਬਜ਼ੁਰਗ ਮਹਿਲਾ ਜਦੋਂ ਇਹਨਾਂ ਦੇ ਕੋਲੋਂ ਲੰਘਣ ਲੱਗਦੀ ਹੈ, ਤਾਂ ਇਹ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਸਿੱਧਾ ਬਜ਼ੁਰਗ ਦੇ ਕੰਨਾਂ ਨੂੰ ਪੈਂਦਾ ਹੈ, ਕੰਨਾਂ ਦੀਆਂ ਵਾਲੀਆਂ ਖੂਣੀਆਂ ਸ਼ੁਰੂ ਕਰ ਦਿੰਦਾ ਹੈ, ਪੱਟੀਆਂ ਸ਼ੁਰੂ ਕਰ ਦਿੰਦਾ ਹੈ, ਬੱਚੀ ਵੀ ਹੇਠਾਂ ਡਿੱਗ ਜਾਂਦੀ ਹੈ, ਅਤੇ ਫਿਰ ਇਹ ਲੁਟੇਰੇ ਜਿਹੜੇ ਨੇ ਵਾਲੀਆਂ ਖੋਹ ਕੇ ਉੱਥੋਂ ਭੱਜਣ ਲੱਗਦੇ ਨੇ। ਇੱਕ ਬੱਚੀ ਹੋਰ ਜੋ ਕਿ ਅੱਗੇ ਅੱਗੇ ਜਾ ਰਹੀ ਹੁੰਦੀ ਦੇਖ ਲੈਂਦੀ ਹੈ ਸਭ ਕੁਝ, ਤਾਂ ਉਹ ਵੀ ਬਚਾਉਣ ਦੇ ਲਈ ਪਿੱਛੇ ਭੱਜੀ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਹੀ ਇਹ ਲੁਟੇਰੇ ਵਾਲੀਆਂ ਖੋਹ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਸੋ ਗਲੀ ਦੇ ਵਿੱਚੋਂ ਲੰਘਦੇ ਇਹਨਾਂ ਲੁਟੇਰਿਆਂ ਦੀਆਂ ਤੇ ਵਾਲੀਆਂ ਖੋਹਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ, ਜੋ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਸਨ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਈਆਂ ਗਈਆਂ ਨੇ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਇਹ ਦੋ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ, ਤੇ ਬਜ਼ੁਰਗ ਜੋ ਕਿ ਇੱਕ ਗਲੀ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ, ਨਾਲ ਉਸਦੇ ਛੋਟੀਆਂ ਬੱਚੀਆਂ ਨੇ, ਤਾਂ ਇਹ ਲੁਟੇਰੇ ਉਸ ਬਜ਼ੁਰਗ ਦੀਆਂ ਕੰਨਾਂ 'ਚੋਂ ਵਾਲੀਆਂ ਪੱਟ ਕੇ ਲੈ ਜਾਂਦੇ ਨੇ, ਫਰਾਰ ਹੋ ਜਾਂਦੇ ਨੇ। ਬਜ਼ੁਰਗ ਬਚਾਉਣ ਦੀ ਕੋਸ਼ਿਸ਼ ਕਰਦੀ ਆਪਣੇ ਆਪ ਨੂੰ, ਇੱਥੋਂ ਤੱਕ ਕਿ ਛੋਟੀ ਬੱਚੀ ਵੀ ਉਸਨੂੰ ਬਚਾਉਣ ਦੇ ਲਈ ਭੱਜੀ ਆਉਂਦੀ ਹੈ, ਪਰ ਲੁਟੇਰੇ ਉਸ ਤੋਂ ਪਹਿਲਾਂ ਹੀ ਵਾਲੀਆਂ ਲਾ ਕੇ ਖੋਹ ਕੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਸਾਰੀ ਵਾਰਦਾਤ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਬਜ਼ੁਰਗ ਔਰਤ ਤੀਜ ਦਾ ਤਿਉਹਾਰ ਮਨਾ ਕੇ ਇਹਨਾਂ ਬੱਚੀਆਂ ਦੇ ਨਾਲ ਘਰ ਵਾਪਸ ਪਰਤ ਰਹੀ ਸੀ, ਤਾਂ ਰਾਹ ਦੇ ਵਿੱਚ ਹੀ ਪਿੱਛੇ ਆਉਂਦੇ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਅੱਗੇ ਆ ਕੇ ਬਾਈਕ ਰੋਕ ਲਈ ਜਾਂਦੀ ਹੈ, ਤੇ ਫਿਰ ਇੱਕ ਲੁਟੇਰਾ ਹੇਠਾਂ ਉਤਰਦਾ ਹੈ, ਇਸ ਬਜ਼ੁਰਗ ਦੇ ਕੰਨਾਂ ਨੂੰ ਪੈਂਦਾ ਹੈ, ਕੰਨਾਂ ਦੀਆਂ ਵਾਲੀਆਂ ਪੁੱਟਦਾ ਹੈ। ਦੇਖੋ ਕਿਵੇਂ ਬੇਰਹਿਮੀ ਦੇ ਨਾਲ ਵਾਲੀਆਂ ਖਿੱਚ ਰਿਹਾ ਹੈ ਬਜ਼ੁਰਗ ਔਰਤ ਦੀਆਂ। ਬਜ਼ੁਰਗ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਲੁਟੇਰਾ ਵਾਲੀਆਂ ਖੋਹਦਾ ਹੈ, ਜਦੋਂ ਕਿ ਅੱਗੇ ਅੱਗੇ ਜਾ ਰਹੀਆਂ ਦੋ ਬੱਚੀਆਂ ਵੀ ਇਹ ਸਭ ਦੇਖ ਲੈਂਦੀਆਂ ਨੇ। ਇੱਕ ਬੱਚੀ ਭੱਜੀ ਆਉਂਦੀ ਹੈ, ਕੋਸ਼ਿਸ਼ ਕਰਦੀ ਹੈ
ਬਚਾਉਣ ਦੀ ਉਸ ਬਜ਼ੁਰਗ ਮਹਿਲਾ ਨੂੰ, ਪਰ ਉਸ ਤੋਂ ਪਹਿਲਾਂ ਹੀ ਲੁਟੇਰੇ ਵਾਲੀਆਂ ਖੋਹ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬਜ਼ੁਰਗ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਦੀਆਂ ਨੇ, ਜਿੱਥੇ ਇੱਕ ਬਜ਼ੁਰਗ ਜੋ ਕਿ ਤੀਜ ਦਾ ਤਿਉਹਾਰ ਮਨਾ ਕੇ ਬੱਚੀਆਂ ਦੇ ਨਾਲ ਵਾਪਸ ਆ ਰਹੀ ਸੀ। ਦੋ ਬੱਚੀਆਂ ਜੋ ਗਲੀ ਦੇ ਵਿੱਚ ਅੱਗੇ ਅੱਗੇ ਚੱਲ ਰਹੀਆਂ ਨੇ ਤੇ ਇੱਕ ਛੋਟੀ ਬੱਚੀ ਇਸ ਬਜ਼ੁਰਗ ਦਾ ਹੱਥ ਫੜ ਕੇ ਉਸ ਦੇ ਨਾਲ ਨਾਲ ਚੱਲ ਰਹੀ ਹੈ। ਪਿੱਛੇ ਹੀ ਬਾਈਕ ਤੇ ਸਵਾਰ ਹੋ ਕੇ ਇਹ ਦੋ ਲੁਟੇਰੇ ਆਉਂਦੇ ਨੇ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਨੇ, ਸਿਰ ਤੇ ਟੋਪੀਆਂ ਪਾਈਆਂ ਹੋਈਆਂ ਨੇ। ਅੱਗੇ ਆ ਕੇ ਬਾਈਕ ਰੋਕ ਦਿੰਦੇ ਨੇ। ਬਜ਼ੁਰਗ ਮਹਿਲਾ ਜਦੋਂ ਇਹਨਾਂ ਦੇ ਕੋਲੋਂ ਲੰਘਣ ਲੱਗਦੀ ਹੈ ਤਾਂ ਇਹ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਸਿੱਧਾ ਬਜ਼ੁਰਗ ਦੇ ਕੰਨਾਂ ਨੂੰ ਪੈਂਦਾ ਹੈ, ਕੰਨਾਂ ਦੀਆਂ ਵਾਲੀਆਂ ਖੂਣੀਆਂ ਸ਼ੁਰੂ ਕਰ ਦਿੰਦਾ ਹੈ, ਪੱਟੀਆਂ ਸ਼ੁਰੂ ਕਰ ਦਿੰਦਾ ਹੈ, ਬੱਚੀ ਵੀ ਹੇਠਾਂ ਡਿੱਗ ਜਾਂਦੀ ਹੈ ਅਤੇ ਫਿਰ ਇਹ ਲੁਟੇਰੇ ਜਿਹੜੇ ਨੇ ਵਾਲੀਆਂ ਖੋਹ ਕੇ ਉੱਥੋਂ ਭੱਜਣ ਲੱਗਦੇ ਨੇ। ਇੱਕ ਬੱਚੀ ਹੋਰ ਜੋ ਕਿ ਅੱਗੇ ਅੱਗੇ ਜਾ ਰਹੀ ਹੁੰਦੀ ਦੇਖ ਲੈਂਦੀ ਹੈ ਸਭ ਕੁਛ, ਤਾਂ ਉਹ ਵੀ ਬਚਾਉਣ ਦੇ ਲਈ ਪਿੱਛੇ ਭੱਜੀ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਹੀ ਇਹ ਲੁਟੇਰੇ ਵਾਲੀਆਂ ਖੋਹ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਸੋ ਗਲੀ ਦੇ ਵਿੱਚੋਂ ਲੰਘਦੇ ਇਹਨਾਂ ਲੁਟੇਰਿਆਂ ਦੀਆਂ ਤੇ ਵਾਲੀਆਂ ਖੋਹਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ, ਜੋ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਸਨ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ।